ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਡੇਲੀ ਪੋਸਟ ਪੰਜਾਬੀ। ਅੱਜ ਅਸੀਂ ਇਸ ਰਿਪੋਰਟ ਦੇ ਵਿੱਚ ਵਿਖਾਉਂਦੇ ਹਾਂ ਕਿਵੇਂ ਚੋਰੀ ਹੋਈਆਂ ਕਾਰਾਂ ਥਾਣਿਆਂ ਦੀਆਂ ਛੱਤਾਂ ਤੱਕ ਚੜ ਗਈਆਂ ਨੇ। ਥਾਣਿਆਂ ਵਿੱਚ ਬਰਾਮਦ ਹੋਏ ਸਮਾਨ ਨੂੰ ਸਾਂਭਣ ਲਈ ਜਗ੍ਹਾ ਨਹੀਂ ਹੈ। ਵੱਖ ਵੱਖ ਕੇਸਾਂ ਦੇ ਵਿੱਚ ਬਰਾਮਦ ਹੋਏ ਵਹੀਕਲ ਜਿਹੜੇ ਨੇ ਉਹ ਥਾਣਿਆਂ ਦੇ ਵਿੱਚ ਸਿਰਦਰਦੀ ਬਣ ਚੁੱਕੇ ਨੇ। ਇਸੇ ਸਮੱਸਿਆ ਨੂੰ ਲੈ ਕੇ ਸਾਡੀ ਇਹ ਰਿਪੋਰਟ ਹੈ। ਇਹ ਬਠਿੰਡਾ ਦੇ ਥਾਣਾ ਸਦਰ ਦੀਆਂ ਤਸਵੀਰਾਂ ਨੇ ਜੋ ਹੈਰਾਨ ਕਰਨ ਵਾਲੀਆਂ ਨੇ। ਤੁਸੀਂ ਵੇਖ ਸਕਦੇ ਹੋ ਥਾਣਾ ਸਦਰ ਦੀ ਛੱਤ ਦੇ ਉੱਪਰ ਕਿਸ ਤਰ੍ਹਾਂ ਕਾਰਾਂ ਜਿਹੜੀਆਂ ਨੇ ਉਖੜਾਈਆਂ ਹੋਈਆਂ ਨੇ। ਇਹ ਉਹੀ ਕਾਰਾਂ ਨੇ ਜਿਹੜੀਆਂ ਵੱਖ ਵੱਖ ਕੇਸਾਂ ਦੇ ਵਿੱਚ ਬਰਾਮਦ ਹੋਈਆਂ ਨੇ, ਔਰ ਇਹ ਨਜ਼ਾਰਾ ਜਿਹੜਾ ਤੁਸੀਂ ਆਪਣੀ ਟੀ ਵੀ ਸਕਰੀਨ 'ਤੇ ਵੇਖ ਰਹੇ ਹੋ ਇਹ ਬਠਿੰਡਾ ਦੇ ਥਾਣਾ ਸਦਰ ਦਾ ਹੈ। ਇੱਥੇ ਚੋਰੀ ਕੀਤੀਆਂ ਬਰਾਮਦ ਹੋਈਆਂ ਕਾਰਾਂ ਜਾਂ ਹੋਰਨਾਂ ਕੇਸਾਂ ਵਿੱਚ ਬਰਾਮਦ ਹੋਏ ਵਾਹਨ ਇੰਨੇ ਹੋ ਚੁੱਕੇ ਨੇ ਕਿ ਪੁਲਿਸ ਕੋਲ ਇਹਨਾਂ ਨੂੰ ਰੱਖਣ ਲਈ ਥਾਂ ਵੀ ਨਹੀਂ ਹੈ। ਇਹ ਤਸਵੀਰਾਂ ਥਾਣਾ ਸਦਰ ਦੀਆਂ ਤੁਹਾਡੇ ਸਕਰੀਨ 'ਤੇ, ਜਿੱਥੇ ਹੇਠਾਂ ਜਗ੍ਹਾ ਨਾ ਹੋਣ ਕਾਰਨ ਕਾਰਾਂ ਨੂੰ ਉੱਪਰ ਥਾਣੇ ਦੀ ਛੱਤ ਉੱਪਰ ਵੀ ਰੱਖਿਆ ਗਿਆ। ਇਹੀ ਨਹੀਂ, ਬਠਿੰਡਾ ਦੇ ਬਾਕੀ ਥਾਣਿਆਂ ਦੇ ਹਾਲਾਤ ਦੀ ਗੱਲ ਕਰੀਏ ਤਾਂ ਉਹਨਾਂ ਥਾਣਿਆਂ ਦੇ ਵਿੱਚ ਵੀ ਇਸੇ ਤਰ੍ਹਾਂ ਦੇ ਹਾਲਾਤ ਨੇ। ਥਾਣਾ ਕੋਤਵਾਲੀ ਵਿੱਚ ਇਸ ਵੇਲੇ 185 ਤੋਂ ਜ਼ਿਆਦਾ ਕਾਰਾਂ ਜਿਹੜੀਆਂ ਨੇ ਉਹ ਖੜੀਆਂ ਹੋਈਆਂ ਨੇ, ਔਰ ਥਾਣਾ ਕੈਨਾਲ ਦੇ ਮਾਲਖਾਨੇ ਵਿੱਚ 80 ਕਾਰਾਂ, ਔਰ ਥਾਣਾ ਸਿਵਲ ਲਾਈਨ ਵਿੱਚ 70 ਵਹੀਕਲ ਜਿਹੜੇ ਨੇ ਉਹ ਖੜੇ ਹੋਏ ਨੇ, ਥਾਣਾ ਥਰਮਲ ਵਿੱਚ 60, ਅਤੇ ਬਠਿੰਡਾ ਦੇ ਹੀ ਥਾਣਾ ਕੈਂਟ ਵਿੱਚ 5 ਦਰਜਨ ਤੋਂ ਵੱਧ ਵਾਹਨ ਮਾਲਖਾਨੇ ਵਿੱਚ ਕਬਾੜ ਦੇ ਰੂਪ 'ਚ ਖੜੇ ਹੋਏ ਨੇ। ਇਹ ਥਾਣਾ ਸਦਰ ਦੀਆਂ ਤਸਵੀਰਾਂ ਤੁਹਾਨੂੰ ਵਿਖਾ ਦਿੰਦੇ ਹਾਂ। ਹਾਲਾਂਕਿ ਕਾਫੀ ਬਠਿੰਡਾ ਦਾ ਥਾਣਾ ਸਦਰ ਖੁੱਲ੍ਹਾ ਡੁੱਲਾ ਥਾਣਾ ਹੈ, CIA ਦਾ ਇੱਕ ਯੂਨਿਟ ਵੀ ਇਸੇ ਥਾਣੇ ਦੇ ਅੰਦਰ ਹੈ, ਪਰ ਥਾਣੇ ਦੇ ਬਾਹਰ ਇਹ ਤਸਵੀਰਾਂ ਨੇ ਵਿਹੜੇ ਦੀਆਂ, ਜਿੱਥੇ ਤੁਸੀਂ ਵੇਖ ਸਕਦੇ ਹੋ ਕਿ ਹਰ ਪਾਸੇ ਜਿਹੜੇ ਨੇ ਉਹ ਬਰਾਮਦ ਹੋਏ ਵਾਹਨ ਜਿਹੜੇ ਨੇ ਉਹ ਖੜ੍ਹੇ ਨੇ। ਗੇਟ ਦੇ ਨਾਲ ਵੀ ਵਾਹਨ ਖੜ੍ਹੇ ਕੀਤੇ ਗਏ ਨੇ। ਮੈਂ ਕੈਮਰਾਮੈਨ ਨੂੰ ਕਹੂੰਗਾ ਦੂਸਰੇ ਪਾਸੇ ਵੀ ਦਿਖਾਵੇ। ਪੂਰੀ ਤਰ੍ਹਾਂ ਇੱਕ ਕਬਾੜਖਾਨੇ ਦਾ ਰੂਪ ਜਿਹੜਾ ਨੇ ਉਹ ਬਠਿੰਡਾ ਦੇ ਜ਼ਿਆਦਾਤਰ ਥਾਣੇ ਲੈ ਚੁੱਕੇ ਨੇ, ਅਤੇ ਅਦਾਲਤੀ ਕੇਸਾਂ ਵਿੱਚ ਲੋੜੀਂਦੇ ਇਹਨਾਂ ਵਾਹਨਾਂ ਨੂੰ ਪੁਲਿਸ ਕਿਸੇ ਟਿਕਾਣੇ ਵੀ ਨਹੀਂ ਲਗਾ ਸਕਦੀ। ਪਿਛਲੀ ਅਕਾਲੀ ਸਰਕਾਰ ਨੇ ਜ਼ਰੂਰ ਅਜਿਹੇ ਵਾਹਨਾਂ ਤੋਂ ਪੁਲਿਸ ਦਾ ਛੁਟਕਾਰਾ ਦਵਾਇਆ ਸੀ, ਅਤੇ ਹੁਣ ਇਹ ਸਮੱਸਿਆ ਇੱਕ ਵਾਰ ਫਿਰ ਗੰਭੀਰ ਹੋ ਚੁੱਕੀ ਹੈ। ਦੱਸਣਯੋਗ ਹੈ ਕਿ ਮਾਲਖਾਨਿਆਂ ਵਿੱਚ ਖੜ੍ਹੇ ਵਾਹਨਾਂ ਦੇ ਮਾਲਕ ਅਕਸਰ ਘਟਨਾ ਤੋਂ ਬਾਅਦ ਬੀਮਾ ਰਾਸ਼ੀ ਮਿਲਣ ਉਪਰੰਤ ਘਟਨਾ ਵਿੱਚ ਸ਼ਾਮਲ ਵਾਹਨ ਲੈਣ ਨਹੀਂ ਪਹੁੰਚਦੇ, ਅਤੇ ਇਹ ਜਿਹੜੇ ਵਾਹਨ ਨੇ ਇਹ ਬਾਅਦ ਦੇ ਵਿੱਚ ਪੁਲਿਸ ਲਈ ਸਿਰਦਰਦੀ ਬਣਦੇ ਨੇ। ਅਤੇ ਇਹ ਜਿਹੜੀਆਂ ਤਸਵੀਰਾਂ ਨੇ ਇਹ ਤੁਹਾਨੂੰ ਵਿਖਾ ਰਹੇ ਹਾਂ ਬਠਿੰਡਾ ਦੇ ਵੱਖ ਵੱਖ ਥਾਣਿਆਂ ਨਾਲ ਜੁੜੀਆਂ ਹੋਈਆਂ ਤਸਵੀਰਾਂ ਨੇ, ਔਰ ਥਾਣਾ ਸਦਰ ਤੋਂ ਇਹ ਤਸਵੀਰਾਂ ਹੈਰਾਨ ਕਰਨ ਵਾਲੀਆਂ ਤਸਵੀਰਾਂ। ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਛੱਤਾਂ ਦੇ ਉੱਪਰ ਵਾਹਨ ਜਿਹੜੇ ਉਹ ਖੜ੍ਹੇ ਕੀਤੇ ਹੋਏ ਨੇ, ਕਿਉਂਕਿ ਥਾਣੇ ਦੇ ਅੰਦਰ ਜਗ੍ਹਾ ਨਹੀਂ ਹੈ। ਸਾਡੀ ਰਿਪੋਰਟ ਪੁਲਿਸ ਥਾਣਿਆਂ ਨਾਲ ਜੁੜੀ ਇੱਕ ਸਮੱਸਿਆ ਨੂੰ ਉਜਾਗਰ ਕਰਦੀ ਹੋਈ। ਲਗਾਤਾਰ ਪੁਲਿਸ ਥਾਣਿਆਂ ਦੇ ਵਿੱਚ ਇਸ ਤਰ੍ਹਾਂ ਦੇ ਵਹੀਕਲ ਜਿਹੜੇ ਨੇ ਉਹ ਸਮੱਸਿਆ ਬਣ ਰਹੇ ਨੇ। ਖੜਾਉਣ ਲਈ ਜਗ੍ਹਾ ਨਹੀਂ ਹੈ, ਇਹਨਾਂ ਨੂੰ ਰੱਖਣ ਲਈ ਜਗ੍ਹਾ ਨਹੀਂ ਹੈ, ਔਰ ਇਹਨਾਂ ਨੂੰ ਜਿਹੜਾ ਉਹ ਟਿਕਾਣੇ ਵੀ ਨਹੀਂ ਲਗਾਏ ਜਾ ਸਕਦਾ ਬਿਨਾਂ ਅਦਾਲਤੀ ਪਰਮਿਸ਼ਨ ਤੋਂ। ਸੋ ਇਹ ਜਿਹੜੇ ਦ੍ਰਿਸ਼ ਨੇ ਇਹ ਸਿਰਫ ਬਠਿੰਡਾ ਦੇ ਥਾਣਿਆਂ ਦੇ ਨਹੀਂ, ਸੂਬੇ ਦੇ ਬਹੁਤ ਸਾਰੇ ਥਾਣਿਆਂ ਦੇ ਵਿੱਚ ਇਸੇ ਤਰ੍ਹਾਂ ਦੇ ਹਾਲਾਤ ਨੇ, ਜਿੱਥੇ ਜ਼ਿਆਦਾਤਰ ਜਿਹੜੀ ਜਗ੍ਹਾ ਹੈ ਉਹ ਇਹਨਾਂ ਵਹੀਕਲ ਜਿਹੜੇ ਖਟਾਰਾ ਹੋ ਚੁੱਕੇ ਨੇ ਵੱਖ ਵੱਖ ਕੇਸਾਂ ਦੇ ਵਿੱਚ ਲੋੜੀਂਦੇ ਨੇ, ਉਹਨਾਂ ਨੇ ਜਗ੍ਹਾ ਘੇਰੀ ਹੋਈ ਹੈ। ਸੋ ਜ਼ਾਹਿਰ ਹੈ ਇਸ 'ਤੇ ਇਸ ਸਮੱਸਿਆ ਦੇ ਉੱਤੇ ਸਰਕਾਰ ਦਾ ਧਿਆਨ ਜਿਹੜਾ ਉਹ ਦਿਵਾਉਣ ਦੀ ਲੋੜ ਹੈ, ਇਸ ਸਮੱਸਿਆ ਦੇ ਹੱਲ ਦੀ ਲੋੜ ਹੈ, ਕਿਉਂਕਿ ਥਾਣਿਆਂ ਦੇ ਵਿੱਚ ਜਗ੍ਹਾ ਜਿਹੜੀ ਆ ਉਹ ਲਗਾਤਾਰ ਘਟਦੀ ਜਾ ਰਹੀ ਹੈ, ਔਰ ਵਹੀਕਲ ਖੜ੍ਹੇ ਕਰਨੇ ਪੁਲਿਸ ਲਈ ਇੱਕ ਮੁਸ਼ਕਲ ਬਣਦੇ ਜਾ ਰਹੇ ਨੇ। ਕੈਮਰਾਮੈਨ ਸੁਖਮੰਦਰ ਸਿੰਘ ਦੇ ਨਾਲ ਧਰਮਚੰਦਰ, ਡੇਲੀ ਪੋਸਟ ਪੰਜਾਬੀ, ਬਠਿੰਡਾ।
4 ਲੱਖ ਤੋਂ ਵੀ ਘੱਟ ਖਰਚੇ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਕੈਨੇਡਾ ਜਾਂ UK ਆਇਲਸ ਨਾਲ ਜਾਂ ਬਿਨਾਂ ਆਇਲਸ ਤੋਂ। ਇੱਕ ਵਾਰ ਫਲਾਈਰਾਈਟ ਵੀਜ਼ਾ ਕੰਸਲਟੈਂਟ ਦੇ ਲੁਧਿਆਣਾ ਆਫਿਸ ਜਾਂ ਚੰਡੀਗੜ੍ਹ ਆਫਿਸ ਆ ਕੇ ਮਿਲੋ ਜਾਂ ਸਾਨੂੰ ਕਾਲ ਕਰੋ 98156-0885 'ਤੇ।